ਪਿੰਡਾਂ ਚੋਂ ਸ਼ਹਿਰਾਂ ਚੋਂ ਸਾਡੇ ਬੰਦੇ ਜਾਣ ਤੇ ਉਸ ਸੰਘਰਸ਼ ਨੂੰ ਹੱਲਾਸ਼ੇਰੀ ਦੇਣ ਜਿਹਨੂੰ ਅਸੀਂ ਇਕੱਠੇ ਹੋ ਕੇ ਵਿਟਿਆ ਸੀ, ਕਿਉਂਕਿ ਸਾਡੀ ਜਿੱਤ ਵੀ ਜ਼ਰੂਰੀ ਹੈ। ਅੱਧੇ ਘੰਟੇ ਚ ਪਹੁੰਚ ਸਕਦਾ ਮੋਰਚੇ ਚ ਜਿੱਥੇ ਮੈਂ ਬੈਠਾ, ਪਰ ਮੈਨੂੰ ਆਏ ਆ ਜੇ ਆਊਂਗਾ ਮੇਰੇ ਬੰਦਿਆਂ ਤੇ ਉਧਰ ਆਲਿਆਂ ਚ ਹੋਊਗੀ ਲੜਾਈ, ਮੁੜ ਕੇ ਫਿਰ ਦੀਪ ਸਿੱਧੂ ਦੇ ਸਿਰ ਮੜਨਗੇ ਵੀ ਆਹ ਵੇਖੋ ਇਹਨੇ ਤਾਂ ਕਰਾਤੀ ਲੜਾਈ, ਆਉਂਦੇ ਨਹੀਂ। ਜਿਹੜਾ ਬੰਦਾ ਮੇਰੇ ਨਾਲ ਬਹਿਸ ਕਰਨਾ ਚਾਹੁੰਦਾ ਜਿੱਥੇ ਮਰਜ਼ੀ ਜਿਹੜਾ ਮਰਜ਼ੀ ਆਗੂ ਜਦੋਂ ਮਰਜ਼ੀ ਚਾਹੇ 32 ਦੇ 32 ਇਕੱਠੇ ਬਹਿ ਜਾਣ, ਬਾਦਲੀਲ ਗੱਲ ਕਰੂੰਗਾ ਜਾਂ ਉਹ ਕਰ ਲੈਣ, ਤੇ ਜੇ ਨਾ ਗੱਲ ਸਮਝ ਆਈ ਤਾਂ ਨੀਵੇਂ ਥਾਂ ਬਹਿ ਲਿਓ। ਵੀ ਜਿਹੜੇ ਨਿਸ਼ਾਨ ਸਾਹਿਬ ਨੇ ਤੁਹਾਨੂੰ ਜ਼ਮੀਨਾਂ ਦਵਾਈਆਂ, ਜਿਹੜੇ ਨਿਸ਼ਾਨ ਸਾਹਿਬ ਦੀ ਅਗਵਾਹੀ ਚ ਤੁਸੀਂ ਜ਼ਮੀਨਾਂ ਦੇ ਮਾਲਕ ਬਣੇ ਹੋ, ਉਹਨੂੰ ਤੁਸੀਂ ਅੱਖੋਂ ਪਰਾਂ ਹੀ ਕਰਤਾ, ਉਹਨੂੰ ਭੁੱਲ ਹੀ ਬੈਠੇ ਹੋ ਤੁਸੀਂ। ਤੁਸੀਂ ਸਾਰੇ ਮੂੰਹ ਲੁਕੋ ਕੇ ਮੂੰਹ ਬੰਨੀ ਬਾਹਰ ਲਾਲ ਕਿਲੇ ਦੇ ਖੜੇ ਰਹੇ, ਕਿਉਂਕਿ ਕਿਸੇ ਦੀ ਲੱਤਾਂ ਨੇ ਭਾਰ ਨਹੀਂ ਝੱਲਿਆ ਕਿ ਤੁਹਾਡੇ ਬਜ਼ੁਰਗਾਂ ਨੇ ਦੱਸਿਆ ਨਹੀਂ ਬਾਬਾ ਬੰਦਾ ਸਿੰਘ ਬਹਾਦਰ ਨੇ ਇਸੇ ਨਿਸ਼ਾਨ ਸਾਹਿਬ ਦੀ ਅਗਵਾਈ ਚ ਤੁਹਾਨੂੰ ਮਲਕੀਅਤ ਦਿੱਤੀ ਸੀ ਜ਼ਮੀਨਾਂ ਦੀ, ਤੇ ਅੱਜ ਉਹ ਨਿਸ਼ਾਨ ਸਾਹਿਬ ਅਸੀਂ ਇੱਕ ਖਾਲੀ ਪੋਸਟ ਤੇ ਜਾ ਕੇ ਸਾਡੇ ਲੋਕਾਂ ਨੇ ਉੱਥੇ ਕਿਸਾਨੀ ਦੇ ਝੰਡੇ ਦੇ ਨਾਲ ਲਾਤਾ, ਤੇ ਤੁਸੀਂ ਕਿਹੜੇ ਪਾਸੇ ਨੂੰ ਬਹਿ ਗਏ? ਉਹ ਫੋਟੋ ਜਿਹੜੀ ਲਾਲ ਕਿਲੇ ਚ ਖਿੱਚੀ ਗਈ ਆ, ਕਿੰਨੇ ਵਜੇ 2:30 ਵਜੇ ਉਹ ਫੋਟੋ ਖਿੱਚੀ ਗਈ ਆ, ਉਹਦੇ ਟਾਈਮ ਨਾਲ ਸਾਂਝੀ ਕਰੂੰਗਾ ਜਿਹੜੀ ਲੋਕਾਂ ਨੇ ਬਣਾਤੀ, ਵੀ ਇਹ ਤਾਂ ਸੁਨੇਹਾ ਹੀ ਚੱਲ ਗਿਆ ਸੀ। ਉਹਨਾਂ ਬੰਦਿਆਂ ਨੂੰ ਗਦਾਰ ਦੇ ਟੈਗ ਲਾਤੇ ਜਿਨ੍ਹਾਂ ਬੰਦਿਆਂ ਨੇ ਤੁਹਾਡੇ ਨਾਲ ਪਿਛਲੇ 6-6 ਮਹੀਨਿਆਂ ਤੋਂ ਤੁਹਾਡੇ ਨਾਲ ਖੜੇ ਆ, ਦਿਨ ਰਾਤ ਇੱਕ ਕੀਤਾ। ਇੱਕ ਬੰਦੇ ਕਹਿ ਰਹੇ ਆ ਬਾਈ ਤੂੰ ਨਿਕਲ ਜਾ ਯਾਰ ਇੱਥੋਂ, ਬਾਈ ਤੂੰ ਨਿਕਲ ਜਾ, ਜਿਹੜਾ ਰਿਕਾਰਡ ਕਰੀ ਜਾਂਦਾ ਮੈਨੂੰ ਉਹੀ ਕਹਿ ਰਿਹਾ ਬਾਈ ਤੂੰ ਨਿਕਲ ਜਾ। ਮੁੜ ਕੇ ਉਹ ਚਵਲੀ ਮੇਰੇ ਪਿੱਛੇ ਆਏ ਵੀਡੀਓ ਦਿਖਾ ਕੇ ਤੇ ਮਗਰ ਪਿੱਛੇ ਭਜਦਾ, ਜੇ ਮੈਨੂੰ ਪਤਾ ਹੁੰਦਾ ਤਾਂ ਉੱਥੇ ਹੀ ਉਹਦੀ ਪਹਿਲਾਂ ਮੈਂ ਹਿਸਾਬ ਕਿਤਾਬ ਲਾਉਂਦਾ। ਪਹਿਲਾਂ ਤਾਂ ਉਹ ਜਿਹੜਾ ਚਵਲ ਜਾਂ ਪੱਤਰਕਾਰ ਜਿਹਨੇ ਮੇਰੇ ਫਾਦਰ ਸਾਹਿਬ ਮੇਰੇ ਪਿਓ ਬਾਰੇ ਗੱਲ ਕਹੀ ਆ, ਸੈਣੀ ਦਾ ਟਾਊਟ ਆ, ਉਹ ਗੱਲਾਂ ਕਰੂਗਾ ਅੱਜ ਮੇਰੇ ਪਰਿਵਾਰ ਬਾਰੇ ਆ ਕੇ। ਦੂਜਾ ਉਹ ਜਿਹੜਾ ਦੁੱਕੀ ਦਾ ਸਿੰਗਰ ਜਾ, ਅਕੇ ਤੋਂ ਬਚੋ। ਕਿਉਂ ਬਚੋ? ਬਾਈ ਇਹ ਇਹਨੇ ਨਾ ਧਿਰ ਬਣਾਉਣੀ ਆ, ਇਹਦਾ ਚੈਨਲ ਆ, ਇਸ ਕਰਕੇ ਬਚੋ ਯਾਰ। ਸ਼ਰਮ ਆਉਣੀ ਚਾਹੀਦੀ ਆ ਤੁਹਾਨੂੰ। ਜਦੋਂ ਲਾਕਡਾਊਨ ਸੀ, ਲੰਗਰ ਲੱਗਦਾ ਸੀ ਜਦੋਂ, ਉਦੋਂ ਨਿਸ਼ਾਨ ਸਾਹਿਬ ਨੂੰ ਦੇਖ ਕੇ ਸਭ ਉਧਰ ਨੂੰ ਹੋ ਜਾਂਦੇ ਸੀ, ਉਦੋਂ ਤਾਂ ਪ੍ਰੋਬਲਮ ਨਹੀਂ ਸੀ। ਜਦੋਂ ਸਾਡੀ ਆਰਮੀ ਚਾਈਨਾ ਦੇ ਬਾਰਡਰਾਂ ਤੇ ਜਾ ਕੇ ਲੜਦੀ ਆ, ਨਿਸ਼ਾਨ ਸਾਹਿਬ ਲੈ ਕੇ ਜਾਂਦੀ ਆ, ਉਦੋਂ ਤਾਂ ਕੋਈ ਪ੍ਰੋਬਲਮ ਨਹੀਂ। ਮਾਣ ਆ ਮੈਨੂੰ ਮੇਰੇ ਪਿੰਡ ਤੇ ਤੇ ਸਾਡੇ ਲੋਕਾਂ ਤੇ। ਮੈਂ ਤੁਹਾਡਾ ਦੇਣ ਨਹੀਂ ਦੇ ਸਕਦਾ, ਤੁਸੀਂ ਮੈਨੂੰ ਸਦਾ ਲਈ ਰਿਨਿੰਗ ਕਰ ਲਿਆ। ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋ ਚਾਰ ਗੱਲਾਂ ਕਰਨੀਆਂ ਸੀ ਤੁਹਾਡੇ ਨਾਲ। ਇੱਕ ਤਾਂ ਮੈਨੂੰ ਬਾਹਲਾ ਕੁਛ ਪਤਾ ਨਹੀਂ ਲੱਗ ਰਿਹਾ ਸੀ, ਕਿਉਂਕਿ ਮੇਰੇ ਕੋਲ ਕੋਈ ਇੰਟਰਨੈਟ ਜਾਂ ਕੋਈ ਸੁਵਿਧਾ ਹੈ ਨਹੀਂ ਸੀ, ਲੋਕਾਂ ਦੇ ਫੋਨ ਫੜ ਫੜ ਕੇ ਕਿਸੇ ਦੇ ਉਹਨਾਂ 'ਚ ਵੀਡੀਓ ਬਣਾ ਕੇ ਕਿਤੇ ਅਪਲੋਡ ਕਰਵਾਈ ਦੀ ਆ, ਇਸ ਕਰਕੇ ਵੀ ਗੱਲਬਾਤ ਹੁੰਦੀ ਰਹੇ, ਸੱਚ ਤਾਂ ਪਹੁੰਚੇ। ਬੜਾ ਕੁਛ ਆ ਮੇਰੇ ਕੋਲ, ਬੜੀਆਂ ਵੀਡੀਓ ਪਈਆਂ ਹਰ ਗੱਲ ਪ੍ਰੂਵ ਕਰਨ ਵਾਸਤੇ, ਪਰ ਇਸ ਟਾਈਮ ਸੰਘਰਸ਼ ਚੱਲ ਰਿਹਾ, ਏਕਾ ਬਣਾਈ ਰੱਖੋ ਤੇ ਉੱਥੇ ਜੁੜੇ ਰਹੋ। ਪਿੰਡਾਂ ਚੋਂ ਸ਼ਹਿਰਾਂ ਚੋਂ ਸਾਡੇ ਬੰਦੇ ਜਾਣ ਤੇ ਉਸ ਸੰਘਰਸ਼ ਨੂੰ ਹੱਲਾਸ਼ੇਰੀ ਦੇਣ ਜਿਹਨੂੰ ਅਸੀਂ ਇਕੱਠੇ ਹੋ ਕੇ ਵਿਟਿਆ ਸੀ, ਕਿਉਂਕਿ ਸਾਡੀ ਜਿੱਤ ਵੀ ਜ਼ਰੂਰੀ ਆ। ਉਸ ਸੰਘਰਸ਼ ਦੀ ਰੂਪ ਰੇਖਾ ਵਿਗੜੇ ਨਾ, ਇਹ ਬੜਾ ਜ਼ਰੂਰੀ ਆ ਸਾਡੇ ਲਈ। ਪਰ ਇਹਦਾ ਮਤਲਬ ਇਹ ਨਹੀਂ ਯਾਰ ਸਭ ਕੁਛ ਹੀ ਸਹੀ ਜਾਈਏ। ਝੂਠ ਦੀ ਬੁਨਿਆਦ ਤੇ ਅਸੀਂ ਆਪਦੀਆਂ ਜ਼ਮੀਨਾਂ ਬਚਾਈਏ, ਝੂਠ ਦੀ ਬੁਨਿਆਦ ਤੇ ਅਸੀਂ ਆਪਦੀਆਂ ਜ਼ਮੀਰਾਂ ਨੂੰ ਮਾਰ ਦਈਏ। ਮੈਂ ਕਿਉਂ ਗੱਲ ਕਰ ਰਿਹਾ ਹੈ? ਤੁਸੀਂ ਇੰਨਾ ਵੀ ਸਹਿਣ ਕਰਨੋਂ ਗੱਲ ਹਟ ਗਏ ਜੇ ਕੋਈ ਸਾਡੇ ਆਗੂਆਂ ਦੀ ਜਾਂ ਕਿਸੇ ਵੀ ਤਰ੍ਹਾਂ ਦੀ ਗੱਲ ਪੁਆਇੰਟ ਆਊਟ ਕਰਦਾ ਜੋ ਨਹੀਂ ਠੀਕ ਹੋ ਰਹੀ? ਨਹੀਂ ਉਹਨੂੰ ਜਰ ਲਓ, ਕੋਈ ਨਹੀਂ ਬਾਅਦ ਚ ਵੇਖਾਂਗੇ। ਬਾਅਦ ਚ ਕਦੋਂ ਵੇਖੋਗੇ ਯਾਰ? ਝੂਠ ਦੀ ਬੁਨਿਆਦ ਰੱਖੀ ਜਾਂਦੇ ਹੋ ਤੁਸੀਂ। ਉਹਨਾਂ ਬੰਦਿਆਂ ਨੂੰ ਗਦਾਰ ਦੇ ਟੈਗ ਲਾਤੇ ਜਿਨ੍ਹਾਂ ਬੰਦਿਆਂ ਨੇ ਤੁਹਾਡੇ ਨਾਲ ਪਿਛਲੇ 6-6 ਮਹੀਨਿਆਂ ਤੋਂ ਤੁਹਾਡੇ ਨਾਲ ਖੜੇ ਆ, ਦਿਨ ਰਾਤ ਇੱਕ ਕੀਤਾ। ਕੋਈ ਇੱਕ ਸਟੇਟਮੈਂਟ ਹੀ ਕੱਢ ਕੇ ਦਿਖਾ ਦਿਓ ਜਿੱਥੇ ਕਿਸੇ ਨੇ ਕਿਸੇ ਨੂੰ ਭੜਕਾਇਆ ਹੋਵੇ। 25 ਤਰੀਕ ਨੂੰ ਰਾਤ ਤੋਂ ਲੈ ਕੇ 26 ਤਰੀਕ ਦੀ ਹਰ ਸਟੇਟਮੈਂਟ ਮੇਰੇ ਕੋਲ ਪਈ ਆ, ਉਦੋਂ ਪਹਿਲਾਂ 6 ਮਹੀਨਿਆਂ ਦੀਆਂ ਸਟੇਟਮੈਂਟਸ ਪਈਆਂ। ਮੈਂ ਤੁਹਾਨੂੰ ਕਰੂੰਗਾ ਤੁਹਾਡੇ ਨਾਲ ਸਾਂਝੀਆਂ, ਆਉਣ ਦਿਓ ਟਾਈਮ।
ਜਿਨ੍ਹਾਂ ਨੇ ਭੜਕਾਇਆ ਉਹ ਵੀ ਆਪਾਂ ਨੂੰ ਪਤਾ ਲੱਗ ਜੂ ਤੇ ਜਿਨ੍ਹਾਂ ਨੇ ਗੱਲਾਂ ਸਾਂਭੀਆਂ ਉਹ ਵੀ ਪਤਾ ਲੱਗ ਜੂ। 25 ਤਰੀਕ ਰਾਤ ਨੂੰ ਉੱਥੇ ਜਾ ਕੇ ਸਟੇਜ ਜਿਵੇਂ ਇਹਨਾਂ ਨੇ ਗੱਲਾਂ ਕੀਤੀਆਂ ਨਾ ਵੀ ਦੀਪ ਸਿੱਧੂ ਨੇ ਬੰਦੇ ਭੜਕਾਤੇ, ਮੈਂ ਤੁਹਾਡੇ ਨਾਲ ਉਹ ਵੀ ਸਪੀਚ ਸਾਂਝੀ ਕਰੂੰਗਾ, ਮਿਲ ਗਈ ਆ। 26 ਤਰੀਕ ਨੂੰ ਸਵੇਰੇ 4 ਵਜੇ ਜਿਹੜੀ ਮੈਂ ਵੀਡੀਓ ਬਣਾਈ ਉਹ ਵੀ ਤੁਹਾਡੇ ਨਾਲ ਸਾਂਝੀ ਕਰੂੰਗਾ ਕੀ ਕਹਿ ਕੇ ਗਿਆ। 26 ਤਰੀਕ ਨੂੰ ਕਿੰਨੇ ਵਜੇ ਤੇ ਮੈਂ ਕਿੱਥੋਂ ਚੱਲਿਆ ਇਹ ਵੀ ਸਾਂਝੀ ਕਰੂੰਗਾ। ਉਹ ਫੋਟੋ ਜਿਹੜੀ ਲਾਲ ਕਿਲੇ 'ਚ ਖਿੱਚੀ ਗਈ ਆ ਕਿੰਨੇ ਵਜੇ, 2:30-3 ਵਜੇ ਉਹ ਫੋਟੋ ਖਿੱਚੀ ਗਈ ਆ ਉਹਦੇ ਟਾਈਮ ਨਾਲ ਸਾਂਝੀ ਕਰੂੰਗਾ ਜਿਹੜੀ ਲੋਕਾਂ ਨੇ ਬਣਾਤੀ ਵੀ ਇਹ ਤਾਂ ਸੁਨੇਹਾ ਹੀ ਚੱਲ ਗਿਆ ਸੀ। ਪਰ ਇੱਕ ਗੱਲ ਮੈਂ ਤੁਹਾਡੇ ਨਾਲ ਬੜੀ ਜ਼ਰੂਰੀ ਕਰਨੀ ਚਾਹੁੰਦਾ, ਇਹ ਤਾਂ ਚਲੋ ਕੋਈ ਗੱਲ ਨਹੀਂ, ਅਸਲ ਗੱਲ ਇਹ ਆ ਵੀ ਜਿਹੜੇ ਨਿਸ਼ਾਨ ਸਾਹਿਬ ਨੇ ਤੁਹਾਨੂੰ ਜ਼ਮੀਨਾਂ ਦਵਾਈਆਂ, ਜਿਹੜੇ ਨਿਸ਼ਾਨ ਸਾਹਿਬ ਦੀ ਅਗਵਾਹੀ 'ਚ ਤੁਸੀਂ ਜ਼ਮੀਨਾਂ ਦੇ ਮਾਲਕ ਬਣੇ ਹੋ, ਉਹਨੂੰ ਤੁਸੀਂ ਅੱਖੋਂ ਪਰਾਂ ਹੀ ਕਰਤਾ, ਉਹਨੂੰ ਭੁੱਲ ਹੀ ਬੈਠੇ ਹੋ, ਤੁਸੀਂ ਅਕ੍ਰਿਤਕਣ ਹੋ ਗਏ। ਤੁਹਾਡੇ ਯਾਦ ਨਹੀਂ ਕਿ ਤੁਹਾਡੇ ਬਜ਼ੁਰਗਾਂ ਨੇ ਦੱਸਿਆ ਨਹੀਂ ਬਾਬਾ ਬੰਦਾ ਸਿੰਘ ਬਹਾਦਰ ਨੇ ਇਸੇ ਨਿਸ਼ਾਨ ਸਾਹਿਬ ਦੀ ਅਗਵਾਹੀ 'ਚ ਤੁਹਾਨੂੰ ਮਲਕੀਅਤ ਦਿੱਤੀ ਸੀ ਜ਼ਮੀਨਾਂ ਦੀ, ਤੇ ਅੱਜ ਉਹ ਨਿਸ਼ਾਨ ਸਾਹਿਬ ਅਸੀਂ ਇੱਕ ਖਾਲੀ ਪੋਸਟ ਤੇ ਜਾ ਕੇ ਸਾਡੇ ਲੋਕਾਂ ਨੇ ਉੱਥੇ ਕਿਸਾਨੀ ਦੇ ਝੰਡੇ ਦੇ ਨਾਲ ਲਾਤਾ ਤੇ ਤੁਸੀਂ ਕਿਹੜੇ ਪਾਸੇ ਨੂੰ ਬਹਿ ਗਏ? ਨਹੀਂ, ਮੇਰੇ ਤਾਂ ਦਿਲ 'ਚ ਆ ਤੇ ਮੇਰੇ ਰੂਹਾਂ 'ਚ ਆ ਜਿਹੜੇ ਜਿਹੜੇ ਆਪਦੀਆਂ ਜ਼ਮੀਰਾਂ ਮਾਰੀ ਫਿਰਦੇ ਆ ਨਾ, ਫਿਰ ਉਹ ਨਿਸ਼ਾਨ ਸਾਹਿਬ ਪੱਟ ਦੇਣ ਬਈ ਆਪਦੇ ਤੰਬੂਆਂ ਤੋਂ, ਟਰੈਕਟਰਾਂ ਤੋਂ। ਜਿਨ੍ਹਾਂ ਨੇ ਨਿਸ਼ਾਨ ਸਾਹਿਬ ਨੂੰ ਉੱਥੇ ਜਾ ਕੇ ਸੰਕੇਤਕ ਤੌਰ ਤੇ ਲਾਲ ਕਿਲੇ ਤੇ, ਔਰ ਉਹ ਲਾਲ ਕਿਲੇ ਦੀ ਕੌਲ ਤੁਹਾਡੀ ਸੀ, ਲਾਲ ਕਿਲੇ ਦੀ ਕੌਲ ਸਾਡੀ ਨਹੀਂ ਸੀ ਜਾਂ ਦੀਪ ਸਿੱਧੂ ਦੀ ਨਹੀਂ ਸੀ, ਉੱਥੇ ਲੱਖਾਂ ਬੰਦਾ ਸੀ। ਤੁਸੀਂ ਸਾਰੇ ਮੂੰਹ ਲੁਕੋ ਕੇ ਮੂੰਹ ਬੰਨੀ ਬਾਹਰ ਲਾਲ ਕਿਲੇ ਦੇ ਖੜੇ ਰਹੇ ਕਿਉਂਕਿ ਕਿਸੇ ਦੀ ਲੱਤਾਂ ਨੇ ਭਾਰ ਨਹੀਂ ਝੱਲਿਆ। ਔਰ ਲੋਕਾਂ ਨੇ ਇਹ ਗੱਲ ਮੈਨੂੰ ਕਹੀ, ਬਾਈ ਆ ਕੇ ਸਿਚੁਏਸ਼ਨ ਨੂੰ ਸੰਭਾਲ ਯਾਰ, ਕਿਤੇ ਗੱਲ ਹੱਥੋਂ ਹੀ ਨਾ ਨਿਕਲ ਜੇ, ਮਹਾਰਾਜ ਨੇ ਬਹੁਤ ਮਿਹਰ ਕੀਤੀ ਆ। ਤੇ ਇੱਕ ਬੰਦਾ ਜਿਹੜਾ ਆਪਦੀ ਪੂਛ ਤੇ ਅੱਗ ਲਵਾਈ ਫਿਰਦਾ ਰਹਿੰਦਾ ਹਨ, ਉਵੇਂ ਹੀ ਉਹ ਚਲਾ ਗਿਆ ਤੇ ਉੱਥੇ ਜਾ ਕੇ ਉਹਨੇ ਸਿਚੁਏਸ਼ਨ ਸੰਭਾਲੀ ਵੀ, ਮੁੜ ਕੇ ਸਾਰੀ ਗੱਲ ਉਹਦੇ ਸਿਰ ਤੇ ਮੜਤੀ। ਹੁਣ ਝੂਠ ਦੇ ਬਿਨਾਹ ਤੇ ਜ਼ਮੀਰਾਂ ਮਾਰ ਕੇ ਤੁਸੀਂ ਲੜਾਈਆਂ ਲੜ ਸਕਦੇ ਹੋ? ਜਿਨ੍ਹਾਂ ਦੀ ਜ਼ਮੀਰ ਮਰ ਜਾਂਦੀ ਹੈ ਨਾ, ਉਹ ਆਪਦੇ ਹੱਕਾਂ ਦੀ ਲੜਾਈ ਨਹੀਂ ਲੜ ਸਕਦੇ ਹੁੰਦੇ, ਇਹਨੂੰ ਯਾਦ ਰੱਖਿਓ। ਇਹ ਜਿਹੜੇ ਆਗੂ ਮੈਂ ਨਾਂ ਲੈ ਕੇ ਦੱਸ ਦੂੰਗਾ, ਤੁਰੇ ਰਹੇ ਲਾਲ ਕਿਲੇ ਦੇ ਬਾਹਰ ਮੂੰਹ ਬੰਨੀ ਫਿਰਦੇ ਰਹੇ, ਹੋਰ ਬੜੇ ਬੰਦੇ ਉੱਥੇ ਮੂੰਹ ਬੰਨ ਕੇ ਲਾਲ ਕਿਲੇ ਦੇ ਬਾਹਰ ਫਿਰਦੇ ਸੀ, ਵੀਡੀਓ ਬਣਾਈ ਗਏ, ਵੇਟ ਕਰਦੇ ਸੀ ਵੀ ਜਿਹੜੇ ਪਾਸੇ ਨੂੰ ਹਵਾ ਵਗੂਗੀ ਉਸ ਪਾਸੇ ਨੂੰ ਤੁਰ ਪਾਂਗੇ। ਔਰ ਦੀਪ ਸਿੱਧੂ ਕਦੇ ਇਹਨਾਂ ਸਿਆਸਤਾਂ 'ਚ ਫਸਦਾ ਨਹੀਂ, ਉਹਨੂੰ ਜੋ ਠੀਕ ਲੱਗਦਾ, ਕਿਉਂਕਿ ਅੰਦਰ ਇਮਾਨਦਾਰੀ ਤੇ ਸੱਚਾਈ ਹੋਣੀ ਚਾਹੀਦੀ ਆ, ਉਹ ਆਪਾਂ ਕਰਤਾ ਤੇ ਸਾਰੀ ਗੱਲ ਹੀ ਮੇਰੇ ਸਿਰ ਮੜਤੀ। ਹੁਣ ਮੈਂ ਪੁਲਿਸ ਤੋਂ ਭਜਦਾ ਫਿਰਦਾ, ਪੁਲਿਸ ਕਦੇ ਉੱਧਰ ਨੂੰ ਕਦੇ ਉੱਧਰ ਨੂੰ ਮੇਰੇ ਪਿੱਛੇ, ਆਖੇ ਤੂੰ ਮੋਰਚੇ 'ਚ ਕਿਉਂ ਨਹੀਂ ਆਉਂਦਾ? ਬਾਈ ਜੀ ਮੈਂ ਤਾਂ ਮੋਰਚੇ 'ਚ ਹੀ ਆਇਆ ਸੀ ਨਾ ਉੱਥੋਂ, ਇਹਨਾਂ ਨੇ ਫਿਰ ਬੰਦੇ ਮੇਰੇ ਪਿੱਛੇ ਪਵਾ ਤੇ। ਔਰ ਉਹ ਟਰੈਕਟਰ ਤੇ ਬਹਿ ਕੇ ਜਿਹੜਾ ਮੈਂ ਲਾਈਵ ਕਰ ਰਿਹਾ, ਇੱਕ ਪਾਸੇ ਜਿਹੜੇ ਪਾਸੇ ਨੂੰ ਮੈਨੂੰ ਇੱਕ ਬੰਦੇ ਕਹਿ ਰਹੇ ਬਾਈ ਤੂੰ ਨਿਕਲ ਜਾ ਯਾਰ ਇੱਥੋਂ, ਬਾਈ ਤੂੰ ਨਿਕਲ ਜਾ, ਜਿਹੜਾ ਰਿਕਾਰਡ ਕਰੀ ਜਾਂਦਾ ਮੈਨੂੰ ਉਹੀ ਕਹਿ ਰਿਹਾ ਬਾਈ ਤੂੰ ਨਿਕਲ ਜਾ। ਮੁੜ ਕੇ ਉਹ ਚਵਲੀ ਮੇਰੇ ਪਿੱਛੇ ਆਏ ਵੀਡੀਓ ਦਿਖਾ ਕੇ ਤੇ ਮਗਰ ਪਿੱਛੇ ਭਜਦਾ, ਜੇ ਮੈਨੂੰ ਪਤਾ ਹੁੰਦਾ ਤਾਂ ਉੱਥੇ ਹੀ ਉਹਦੀ ਪਹਿਲਾਂ ਮੈਂ ਹਿਸਾਬ ਕਿਤਾਬ ਲਾਉਂਦਾ। ਪਰ ਗੱਲ ਇਹੀ ਆ ਵੀ ਜੇ ਉੱਥੇ ਖੜੇ ਹੋ ਕੇ ਗਾਲੋ ਗਾਲੀ ਹੋਣਾ ਸੀ ਤਾਂ ਫਿਰ ਮੁੜ ਕੇ ਇਹ ਕਹਿਣਾ ਸੀ ਵੀ ਦੀਪ ਸਿੱਧੂ ਵੇਖੋ ਕਿਵੇਂ ਗਾਲਾਂ ਕੱਢਦਾ, ਕਿਸੇ ਪਾਸੇ ਵੀ ਨਹੀਂ ਛੱਡਦੇ ਤੁਸੀਂ ਤਾਂ। ਔਰ ਜਿਹਨੇ ਦੇਖਣਾ ਜਦੋਂ ਮਰਜ਼ੀ ਆ ਜੇ, ਐਡੀ ਕੋਈ ਗੱਲ ਨਹੀਂ। ਦੋ ਤਿੰਨ ਬੰਦਿਆਂ ਨੂੰ ਤਾਂ ਮੈਂ ਇਹ ਗੱਲ ਦਿਖਾਉਣੀ ਵੀ ਆ, ਹੁਣ ਪਰਚਾ ਤਾਂ ਪੈ ਹੀ ਗਿਆ, ਇੱਕ ਦੋ ਪਰਚੇ ਹੋਰ ਸਹੀ ਇਕੱਠੇ ਹੀ ਨਜਿੱਠ ਲਾਂਗੇ, ਆਪਦਾ ਕੇਸ ਤਾਂ ਮੈਂ ਆਪ ਹੀ ਨਜਿੱਠ ਲੂੰਗਾ, ਆਪ ਹੀ ਕਰੂੰਗਾ ਉਹਦੀ ਜਿਹੜਾ ਇੰਨਾ ਕੁ ਤਾਂ ਮੇਰਾ ਹੈਗਾ ਜਿਹੜਾ ਵਕੀਲ। ਪਹਿਲਾਂ ਤਾਂ ਉਹ ਜਿਹੜਾ ਚਵਲ ਜਾਂ ਪੱਤਰਕਾਰ ਜਿਹਨੇ ਮੇਰੇ ਫਾਦਰ ਸਾਹਿਬ ਮੇਰੇ ਪਿਓ ਬਾਰੇ ਗੱਲ ਕਹੀ ਆ, ਸੈਣੀ ਦਾ ਟਾਊਟ ਆ, ਉਹ ਗੱਲਾਂ ਕਰੂਗਾ ਅੱਜ ਮੇਰੇ ਪਰਿਵਾਰ ਬਾਰੇ ਆ ਕੇ। ਦੂਜਾ ਉਹ ਜਿਹੜਾ ਦੁੱਖੀ ਦਾ ਸਿੰਗਰ ਜਾ, ਅਕੇ ਇਹ ਤੋਂ ਬਚੋ। ਕਿਉਂ ਬਚੋ? ਬਈ ਇਹ ਇਹਨੇ ਨਾ ਧਿਰ ਬਣਾਉਣੀ ਆ, ਇਹਦਾ ਚੈਨਲ ਆ, ਇਸ ਕਰਕੇ ਬਚੋ। ਯਾਰ ਸ਼ਰਮ ਆਉਣੀ ਚਾਹੀਦੀ ਆ ਤੁਹਾਨੂੰ, ਤੁਹਾਡੇ ਕੋਲ ਕੋਈ ਆਧਾਰ ਤਾਂ ਹੋਵੇ,
कोई तथ तो हो, कोई दलील तो हो, बादलील गल करो तुसी कुछ भी आके बकवास करन लग जाने। क्यों? क्योंकि दीप सिद्धू तुहानू खड़ा नहीं करता कदे। तीजा वो जिन्हें ट्रैक्टर वाली वीडियो जी बनाई है, पहला तो उही चावल कह रहा बई इधर दी निकल जा, पहला वह फोटो खिंचना चाहता सी। जदों मैं उन्हें कहा रुक जा दो मिनट, गल बहुत सीरियस चल रही है, उस बाद मेरे पिछे मैनू उहदा नहीं पता लग्या भी वह भी पिछे भज्जा ते उन्हें वीडियो बनाई है, वह तो हुण जदों देखी तो पता लग्या। ये तिने तो कोई नहीं कर लैण तैयारी, हुण जिहड़ा असल रूप च ही आवांगे कोई गल नहीं, उवें ही टक्करांगे थोनू यार। दिन रात देता थोनू, तुसीं कोठियां च भाई बैठे हो, कदे रोड ते रहिंदे आ, कदे किसे दे नाल रहिंदे आ, कदे एक पिंड कदे दूजे पिंड आ हरियाणे च बैठे आ, अद्धे घंटे च पहुंच सकदा मोर्चे च जिथे मैं बैठा, पर मैनू आए हैं जे आऊंगा मेरे बंदियां ते उधर आलियां च होगी लड़ाई, मुड़ के फिर दीप सिद्धू दे सिर मरनगे भी आ वेखो इन्हें तां कराती लड़ाई आउंदे नहीं। कौन उठूगा थोड़े लिए भाई? तुसी आपदी रूह तो पुछो, जदों उत्थे निशान साहब ते किसानी दा झंडा लग्गिया थोनू पहले 10-15 मिनट किड्डा वड्डा थोड़े अंदर उत्साह सी, किड्डी ज्यादा थोनू उहदी खुशी होई। पर ज्यों ही दूजे पासे नू खबर चल पी, उधरों ही मुड़ पे, गंगा गए तां गंगा राम, जमुना गए तां जमुना दास, उधरों ही तुर पे पतंदरों। आपदी भी कोई समझ हुंदी आ, गदार ने की करता थोड़ा निशान साहब लाता जाके, कि थोड़ा किसानी का झंडा लाता जाके, कि सिचुएशन सामली उत्थे जाके 25 तरीक नू रात नू भी सिचुएशन सामी स्टेज ते जाके। मैं पाऊंगा आपदी जिहड़ी स्पीच सी सुन लिओ, पर गदार कहना बड़ा सौखा यार, आपदियां रूहां तो ही पुछ लो तुसी, रब नू जवाब देना जाके किते ना किते। कोई नहीं, सच तो सामने आऊगा ही आऊगा, नित्रूगा। आ जिहड़े बाला बोली जे जांदे आ ना, ये फिर हिसाब किताब ला के रखना आपदा। ये मैं दसती है गल, जिहड़ा बंदा मेरे नाल बहस करना चाहुंदा जिथे मर्जी, जिहड़ा मर्जी आगू, जदों मर्जी चाहे 32-32 कट्ठे बह जाण, बादलील गल करूंगा या वह कर लैन, ते जे ना गल समझ आई तां नीवें थां बाह लिओ यार। झूठ दे बना ते हुण थोड़ी लड़ाइयां लड़ियां जाणगियां, भी तुसीं कहो एका बना के रखो, मैं भी कही जाना एका बना के रखो। यार इन्हां नूं गल ही नहीं समझ आ रही किसे नूं, यह तो कह रहे हैं चुप कर जाओ, जे बोलोगे ना थोड़े ते अटैक करा देंगे। आपदा IT सैल ला देंगे, हजे वीडियो पाई नहीं हुंदी, पहला ही शुरू हो जाते हैं वह कमेंट देना। आ तो इन्हां दा हाल सरकारां दे नाल मिलके यह आपदे IT सैल साढ़े ते ही ला देंगे। इन्हां दी लड़ाई सरकार नाल घट आ ते दीप सिद्धू नाल बाली आ। वह एक कामरेड जा जिहड़ा स्टेज तो लाउंदा सी नारे, सड़िया चिट्टा वेचदा वेचदा, तू अज उत्थों स्टेज ते नारे लाई जाना, आपदे मूहन नहीं देख ला। मैं अज तक बिलो दा बैल्ट किसे नू हिट नहीं कीता सी, पर एक कानू हटदे आ, पर असी हजे भी आपदा किरदार सांभी बैठे आ, हजे भी उत्थों नहीं डिगदे। सो कोई नहीं, एक बारी परमात्मा करे असी आपदा संघर्ष जित गए, लोकां च एटलीस्ट साढ़े उन्हां नू हक मिल जाण, उन्हां च खुशी ते हौसला होवे, क्योंकि लोकां ने हमेशा साथ दिता। पर बाई जी गैरता ना मारो आपदे अंदरों, गैरता सांभ के रखो। उस अकाल पुरख वाहिगुरु ने बहुत कुछ बड़ी मेहर कीती आ, बड़ी बख्शिश कीती आ थोड़े ते, आपदे निशाना नू ना छड्डो। उन्हां निशाना खातर ही असी इत्थे बैठे हाँ, साडी कोई होंद आ, साडी कोई पछाण आ। जदों लॉकडाउन सी लंगर लगदा सी जदों, उदों निशान साहब नू देख के सब उधर नू हो जांदे सी, उदों तां प्रॉब्लम नहीं सी। जदों साडी आर्मी चाइना दे बार्डरां ते जाके लड़दी आ, निशान साहब लैके जांदी आ, उदों तां कोई प्रॉब्लम नहीं। अज जे असी संकेतक तौर ते साडे बंदे लाल किले ते निशान साहब ते किसानी दा झंडा ला आउंदे आ, क्योंकि तीन स्पिरिट
तीन स्पिरिटा नाल इह लड़ाई लड़ी जा रही है, जिहदे च तिरंगा भी आ, जिहदे च किसानी का झंडा भी आ, जिहदे च निशान साहब भी आ। उन्होंने तुसी रिलीजियस गल कह दिंदे हो, रिलीजियस किवें होई भाई? उस निशान साहब ने तो सानू जमीना दे मालक बनाया, यह तो साडा वे ऑफ लाइफ आ। असी हमेशा ही गल कर रहे हैं मानस की जात सभे एको पहचान वो सरबत दा भला, कमाल ही होई पई है बई जी। थोड़ा बहुत आपदी अकलां नू वरतो ते फेर कोई गल करो। बाकी साडे पिंड वालियां ते मैनू माण आ, माण आ मैनू मेरे पिंड ते ते साडे लोकां ते। मैं थोड़ा देन नहीं दे सकता, तुसी मैनू सदा लई रिनी कर लिया। आ एक करी निजठ लिए साहब कासे नाल, फिर सारयां नू पिलदा पिंड आके। चलो ज्यौंदे वसदे रहो जी, बहुत सारा प्यार ते सत्कार। वाहिगुरु जी का खालसा।